ग्राम पंचायत पिंड सादिक दी सरपंची दे होनहार उम्मीदवार प्रगट सिंह संधू जो कि सरपंची लई उम्मीदवार हन। पिंड दे विकास कार्जां वास्ते उना दे की विचार हन, आओ आपा उना दे पासों सुनदे हां उना दे विचार। सत श्री अकाल जी, हुण आपां सादिक मौजूद हां जिथे सरपंची दे इलैक्शनां दे मुताबक आप दे उम्मीदवार सरदार प्रगट सिंह खालसा जी अपने समुचे भाईचारे दे नाल वोटां नूं डोर टू डोर कह रहे आ, इन्हां नाल गल्लबात कर रहे हैं, की जिहड़े मेन मुद्दे की लैके चाहुंदे आ? मेन मुद्दे इह साडे पिंड दे काम बहुत अधूरे पए आ, कुछ अड्डे दे बाजार दे काम हैगे आ, जो सरकार वल्लों सहूलतां आउणगीआं उन्हां नूं पहल दे आधार ते लैके आवांगे, जिन्ने वी वध चढ़ के काम होणगे करांगे सारे, असीं मैंबर सेवन सारे मेरे नाल आ खड़े वार्ड दे, जो भी किसी वार्ड चोटे ਤੁਸੀਂ ਆਪ ਹੀ ਖਾਲਸਾ ਹੋ ਨਾਲ ਤਾਂ ਖਾਲਸੇ ਵੀ ਸਪੋਰਟ ਕਰ ਰਹੇ ਹੋ? ਹਾਂ ਜੀ, ਸਾਰੇ ਪਰਿਵਾਰ ਹੀ ਸਾਡਾ ਅਮਰਧਾਰੀ ਹੈ ਜੀ, ਅਮਰਧਾਰੀ ਹੈ। ਹਾਂ ਬਾਕੀ ਸਰ ਗੁਰਸਿੱਖੀ ਦੇ ਤੌਰ ਤੇ ਵੀ ਕੋਈ? ਹਾਂ ਜੀ, ਜੋ ਵੀ ਮੰਨ ਲਓ ਹੋਊਗਾ ਗੁਰਸਿੱਖੀ ਦੇ ਤੌਰ ਤੇ ਵੀ, ਜਾਂ ਜੋ ਚੰਗੇ ਕੰਮ ਆ ਸਮਾਜ ਸੇਵ ਦੇ ਹੋਣਗੇ ਸਾਰੇ ਕਰਾਂਗੇ ਜੀ। ਕਿਹੜੇ ਚੋਣ ਨਿਸ਼ਾਨ ਤੇ ਤੁਸੀਂ ਚੋਣ ਲਾਏ? ਚੋਣ ਨਿਸ਼ਾਨ ਦਾ ਟਰੈਕਟਰ ਆਈ ਸਾਡਾ। ਠੀਕ ਹੈ, ਤੇ ਬਾਕੀ ਜੋ ਵੀ ਪ੍ਰਮਾਤਮਾ ਨੇ ਕਿਰਪਾ ਕੀਤੀ, ਜਿੰਨੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਦਿਨ ਰਾਤ, ਅਸੀਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਵਾਂਗੇ, ਕੰਮ ਕਰਾਂਗੇ। ਠੀਕ ਹੈ ਜੀ। ਬਾਕੀ ਅਸੀਂ ਇੱਕ ਹੋਰ ਆ, ਵੀ ਅਸੀਂ ਕੋਈ ਦਾਰੂ ਨਹੀਂ ਮੰਨਣੀ, ਕੋਈ ਅਸੀਂ ਪੈਸਾ ਨਹੀਂ ਮੰਨਣਾ, ਅਸੀਂ ਇਹਨਾਂ ਦੋਨਾਂ ਚੀਜ਼ਾਂ ਤੋਂ ਰਹਿਤ ਹੋ ਕੇ ਲੜਨਾ। ਠੀਕ ਹੈ, ਕੋਈ ਵੀ ਸਾਡਾ ਇਹੋ ਜਿਹਾ ਹੈ ਨਹੀਂ ਵੀ ਅਸੀਂ ਦਾਰੂ ਵੰਡ ਕੇ ਜਾਂ ਨਸ਼ਾ ਵੰਡ ਕੇ ਜਾਂ ਫਿਰ ਪੈਸਾ ਵੋਟ ਲੈਣੀ ਆ, ਬੇਸ਼ੱਕ ਸਾਨੂੰ ਦਾਰੂ ਪੀਣ ਵਾਲਾ, ਅਸੀਂ ਇਹ ਕਹਿੰਦੇ ਭਾਈ ਦਾਰੂ ਪੀਣ ਨਹੀਂ ਦੇਣੀ, ਵੋਟ ਪਾਉਣੀ ਆ, ਖੁਸ਼ੀ ਨਾਲ ਪਾਦੇ ਪਰ ਦਾਰੂ ਲੈ ਕੇ, ਜੋ ਸਾਡੇ ਜੋ ਵੀ ਹੈਗੇ ਬਾਕੀ ਸਾਰੇ ਦਾਰੂ ਦਾ ਕੰਮ ਚੱਲ ਰਿਹਾ ਸਾਰਿਆਂ ਦਾ, ਪਰ ਅਸੀਂ ਨਹੀਂ ਇਹ ਕੰਮ ਚਲਾਉਣਾ, ਇਹ ਪਹਿਲਾਂ ਉਹਨੇ ਮਿੱਥ ਕੇ ਤੁਰੇ ਸੀ ਵੀ ਅਸੀਂ ਦਾਰੂ, ਇਸੇ ਗੱਲ ਤੇ ਸਟੈਂਡ ਤੇ ਰਹਿਣਾ, ਅਸੀਂ ਇਸੇ ਸਟੈਂਡ ਤੇ ਰਹਿਣਾ ਜੀ, ਅਸੀਂ ਜਿੱਥੇ ਮੰਨ ਲਓ ਮਹਾਰਾਜ ਕਿਰਪਾ ਕਰਦਾ ਸੀ ਜਿੱਦੇ, ਅਸੀਂ ਤਾਂ ਵੀ ਨਹੀਂ ਕਰੇ ਦਾਰੂ ਪੀਣੀ। ਕਿਆ ਬਾਤ, ਠੀਕ ਹੈ ਜੀ, ਬਹੁਤ ਵਧੀਆ ਸੋਚ ਆ ਭਾਜੀ ਖਾਲਸਾ ਜੀ, ਤੇ ਬਹੁਤ ਮਿਹਰਬਾਨ, ਪ੍ਰਮਾਤਮਾ ਤੁਹਾਨੂੰ ਇਦਾਂ ਹੀ ਤਰੱਕੀਆਂ ਬਖਸ਼ੇ। ਓਕੇ, ਖਾਲਸਾ ਵਾਹਿਗੁਰੂ ਜੀ ਫਤਿਹ। ਤੁਸੀਂ ਦੇਖ ਰਹੇ ਹੋ ਸਾਦਿਕ ਵਿਖੇ ਜਿਹੜੇ ਗੁਰਸਿੱਖੀ ਦੇ ਪਰਿਵਾਰ ਨਾਲ ਰਿਲੇਟਡ ਜਿਹੜੇ ਪੰਚਾਇਤ ਮੈਂਬਰ ਅਤੇ ਸਰਪੰਚ ਦੇ ਉਮੀਦਵਾਰ ਪ੍ਰਗਟ ਸਿੰਘ ਖਾਲਸਾ ਜੀ, ਅਤੇ ਬਹੁਤ ਵਧੀਆ ਲੱਗ ਰਿਹਾ ਵੀ ਇੱਕ ਸਿੱਖੀ ਗੁਰਸਿੱਖੀ ਦੇ ਪਰਿਵਾਰ ਦੇ ਤੌਰ 'ਤੇ ਜਿਹੜੀ ਇਹ ਸੇਵਾ ਵਿੱਚ ਨਿਭਾਉਣ ਦੇ ਲਈ ਅੱਗੇ ਵਧ ਰਹੇ ਆ, ਅਤੇ ਪ੍ਰਮਾਤਮਾ ਇਹਨਾਂ ਨੂੰ ਤਰੱਕੀ ਹੋਰ ਬਖਸ਼ੇ। ਇੱਦਾਂ ਹੀ ਸਰਬਸੰਮਤੀ ਨਾਲ ਜਿਹੜਾ, ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਪਿੰਡ 'ਚ 6-7 ਉਮੀਦਵਾਰ ਖੜ੍ਹੇ ਆ, ਪਰ ਜਿਹੜਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਵੀ ਗੁਰਸਿੱਖੀ ਨੂੰ ਵਾਧਾ ਇਹੀ ਪਰਿਵਾਰ ਦੇ ਸਕਦੇ ਆ, ਕਿ ਨਸ਼ਾ ਰਹਿਤ, ਕੋਈ ਸ਼ਰਾਬ ਨਹੀਂ, ਕੋਈ ਕੁਛ ਨਹੀਂ, ਇਹਨਾਂ ਨੇ ਅਖੀਰ ਤੱਕ ਇਹਨਾਂ ਸਾਡਾ ਇਹੀ ਸਟੈਂਡ ਰਹਿਣਾ ਵੀ ਅਸੀਂ ਬਿਨਾਂ ਪੈਸੇ ਤੋਂ ਬਿਨਾਂ ਸ਼ਰਾਬ ਤੋਂ ਜਿਹੜੇ ਇਲੈਕਸ਼ਨ ਲੜਨੀ ਹੈ। ਸਾਡੇ ਨਾਲ ਸਾਥ ਦੇ ਰਹੇ ਚੋਣ ਲੜ ਰਹੇ ਮੈਂਬਰੀ ਦੀ, ਉਹ ਸਾਰੇ ਨਸ਼ੇ ਤੋਂ ਰਹਿੰਦਾ ਜੀ। ਹਾਂ, ਜਿਹੜੇ ਮੈਂਬਰੀ ਦੇ ਇਲੈਕਸ਼ਨ ਇਹਨਾਂ ਨਾਲ ਲੜ ਰਹੇ, ਕਿਸੇ ਨੇ ਦਾਰੂ ਨਹੀਂ ਪੀਣੀ ਜੀ। ਹਾਂ, ਨਾ ਦਾਰੂ ਨਾ ਪੈਸਾ, ਹਾਂਜੀ, ਨਾ ਪੈਸਾ ਵੰਡਣਾ ਅਤੇ ਨਾ ਦਾਰੂ ਪੀਣੀ, ਸਾਰੇ ਮੈਂਬਰਾਂ ਟੀਚਾ ਜੀ ਸਾਡੇ ਦਾ। ਠੀਕ ਹੈ, ਅਤੇ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ।